के मेरी है तू मेरी रहना सी सोनिए अभी सब तेरे। सो हे गाइस की हाल चाल है, सब तो पुलिस सारे वधिया होवोंगे। 410 सद्धू मूसेवाला सनी माल्टा न्यू सॉन्ग ऑल रेफरेंसेस एक्सप्लेन्ड अली किंग ने की है जी वीडियो, लेट्स स्टार्ट। ते किदा दोस्तों, होप करदा तू सारे वधिया होगे। अज आपां गल करन जा रहे हैं सिद्धू मूसेवाले बाई तो सनी माल्टन दे 410 सॉन्ग दे बारे। गाने नूं रिव्यू कर लांगे, इहदे लिरिक्स दा ब्रेकडाउन, इहदे वीडियो दे बारे कुछ डिस्कशन करांगे, की इहदे सिद्धू बाई दी रियल फुटेज है जां व्यूअर्स ने, सब नूं आपां फुली एक्सप्लेन करांगे। तो सब नूं पहले सारे सिद्धू बाई दे मुस्लिम फैंस नूं उहनां दी ईद ते सब नूं वड्डा गिफ्ट ईदी मिल गई है। मैं थोड़ा अपना सिद्धू सही गल है यार, मेरे वन्नू ईद मुबारक। गाना वाकई वर्थ फॉर वेट हैगा सी। टोटल 3 मिनट 52 सेकंड का गाना, जिंदे एक मिनट की सिद्धू बाई की वर्स है, एक मिनट च उन्होंने सब कुछ नेल ऑफ करता है। ये बड़ी अच्छी बात कही है। तो तू मूसेवाले बाई एक मिनट की वर्स की तुम्हें की मिसाल देव, उन्होंने दी ए गाने की सिर्फ इन्नी वर्स बाकी सारे सिंगर वास्ते पूरे साल के गाणियों के बराबर हैगी। ਕਿਉਂਕਿ ਇਹ ਟਰੈਕ ਯਾਰ ਲਿਟਰਲੀ ਸਿੱਧੂ ਬਾਈ ਦੇ ਡਿਮਾਈਸ ਤੋਂ ਬਾਅਦ ਜਿੰਨੀਆਂ ਟਰੈਕ ਰਿਲੀਜ਼ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਫਾਇਰ ਤੇ ਅੱਤ ਦੀ ਵਾਈਬ ਦੇ ਰਹੀ ਹੈ। ਉਹ ਦੀ ਕੈਂਸ ਮਤਾਂ ਹੀ ਤਾਂ ਕੱਲ ਮੈਂ ਰਿਐਕਸ਼ਨ ਜੀ ਬੋਲੇ ਕਿ ਸਣੀ ਗੇਮ ਖੇਡ ਗਿਆ ਸਰਾ ਸਾਊਂਡ ਕਰ ਰਹੀ ਟਰੈਕ ਉੱਪਰ ਪਲਾਜੇ ਵਿੱਚ ਕਿਹੜੇ ਕੱਢੀ ਜਾਵੇ ਰਿੰਗ 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 ਉੱਤੋਂ ਫੋਨ ਵੱਜੀ ਜਾਵੇ। ਸਪੈਸ਼ਲੀ ਇਹ ਟਰੈਕ ਦੀ ਵਾਈਬ ਫੱਕੇ ਮਾਲ ਸੌਂਗ ਦੇ ਵਾਂਗ ਹੈਗੀ, ਬਿਲਕੁਲ ਜਿਵੇਂ ਫੱਕੇ ਮਾਲ ਸੌਂਗ ਦੇ ਵਿੱਚ ਸਟਾਰਟ ਤੋਂ ਹਾਫ ਤੱਕ ਸਨੀ ਮਾਲਟਨ ਦਾ ਪਾਰਟ ਰਹਿੰਦਾ ਹੈ। ਉਸ ਤੋਂ ਬਾਅਦ ਸਿੱਧੂ ਬਾਈ ਦੇ ਬਾਰਸ ਡ੍ਰੌਪ ਹੁੰਦੇ ਨੇ ਤੇ ਇਹੀ ਗਾਣੇ ਦੇ ਵਿੱਚ ਵੀ ਸੇਮ ਉਹੀ ਰੋਲ ਨੂੰ ਅਪਲਾਈ ਕੀਤਾ ਗਿਆ। ਸਿੱਧੂ ਬਾਈ ਦੇ ਬਾਰਸ ਗਾਣੇ ਦੇ ਬਿਲਕੁਲ ਹਾਫ ਤੋਂ ਬਾਅਦ ਜਾ ਕੇ ਸਟਾਰਟ ਹੁੰਦੇ ਨੇ। ਸਿੱਧੂ ਬਾਈ ਦੀ ਵੀਡੀਓ ਵੇਖਣ ਨੂੰ ਮਿਲਦੀ, ਕਿਆ ਬਾਤ ਯਾਰ, ਗੂਸਬੰਪਸ ਤਾਂ ਦਿੰਦੀ ਬੰਦੇ ਨੂੰ, ਇਹਨਾਂ ਦਿਨ ਵਰਲਡ ਵਿੱਚ ਜਾਇਆ ਜਾਂਦੀ ਯਾਰ। ਵੇਖੋ ਯੂਟਿਊਬ ਹੈਂਗ ਹੋ ਗਈ, ਜਿਵੇਂ ਕਿ ਮੈਂ ਦੀ ਵੀਡੀਓ ਦਾ ਟਾਰਗੇਟ ਸਿੱਧੂ ਆਰਮੀ ਵਾਸਤੇ ਰੱਖਾ ਸੀ। ਯੂ ਆਲਵੇਜ਼ ਡਿਡ ਇਟ ਗਾਇਜ਼, ਤੁਸੀਂ ਸਾਰੇ ਬਹੁਤ ਕੈਂਟ ਹੋ ਯਾਰ, ਲਵ ਯੂ। ਤੁਸੀਂ ਯੂਟਿਊਬ ਨੂੰ ਹੈਂਗ ਕਰਕੇ ਰੱਖਤਾ, ਵਿਊਜ਼ ਸਿਰਫ 5K+ ਲਾਈਕਸ, ਵੇਖੋ 2 ਲੱਖ+ ਲਾਈਕਸ ਸ਼ੋ ਹੋ ਰਹੇ ਨੇ। ਪ੍ਰੀਮੀਅਰ ਵਾਲੇ ਵਿਊਜ਼ ਕਾਊਂਟ ਹੀ ਨਹੀਂ ਹੋਏ, 1 ਲੱਖ+ ਬੰਦਾ ਪ੍ਰੀਮੀਅਰ ਵੇਖ ਰਿਹਾ ਸੀ ਗਾਣੇ ਦਾ। ਹਾਲ ਇਹ ਗਾਣਾ ਸਿੱਧੂ ਬਾਈ ਦੇ ਵੀ ਚੈਨਲ ਤੇ ਨਹੀਂ ਰਿਲੀਜ਼ ਕੀਤਾ ਗਿਆ, ਅਗਰ ਸਿੱਧੂ ਬਾਈ ਦੇ 3 ਮਿਲੀਅਨ+ ਸਬਸਕ੍ਰਾਈਬਰ ਵਾਲੇ ਚੈਨਲ ਤੇ ਰਿਲੀਜ਼ ਹੁੰਦਾ ਤੇ ਬਾਈ ਫਿਰ ਤਾਂ ਓਏ ਹੋਏ 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 ਯਾਰ, ਬਹੁਤ ਹੀ ਜ਼ਿਆਦਾ ਤਗੜੀ ਗ੍ਰੋਥ ਹੋਣੀ ਸੀ ਗਾਣੇ ਦੀ ਯਾਰ, ਕਿਆ ਹੀ ਬਾਤ ਹੋ ਜਾਣੀ ਸੀ। ਬਾਤ ਸਹੀ ਹੈ, ਬਾਕੀ ਹੁਣ ਆਪਾਂ ਗਾਣੇ ਦੇ ਲਿਰਿਕਸ ਦਾ ਬ੍ਰੇਕਡਾਊਨ ਕਰ ਲਈਏ ਕਿ ਸਿੱਧੂ ਬਾਈ ਤੇ ਸਨੀ ਮਾਰਟਨ ਗਾਣੇ ਦੇ ਵਿੱਚ ਕੀ ਕਹਿੰਦੇ ਨੇ। ਏ ਬਾਈ ਸਭ ਨਾਲ ਪਹਿਲਾਂ ਜਿਵੇਂ ਸਨੀ ਮਾਰਟਨ ਦੀ ਵਰਸ ਆਉਂਦੀ, ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਐਕਸਪਲੇਨ ਕੀਤਾ ਸੀ ਕਿ ਗਾਣਾ ਟਾਈਮ 'ਤੇ ਹੋ ਸਕਦਾ ਹੈ, 4:10 o'clock ਜਿਵੇਂ ਡਿਵਾਈਨ ਦੀ 4:10 o'clock ਟਰੈਕ ਹੈਗੀ, ਅਤੇ ਨਾਲ 4:10 ਬਰੈਂਪਟਨ ਹਾਈਵੇ, ਜੋ ਕਿ ਮੈਂ ਦੀ ਪਿਛਲੀ ਵੀਡੀਓ 'ਚ ਫੁੱਲ ਐਕਸਪਲੇਨ ਕੀਤਾ ਸੀ ਤੁਹਾਨੂੰ ਗਾਣੇ ਦੇ ਰਿਲੀਜ਼ ਤੋਂ 3 ਦਿਨ ਪਹਿਲੇ। ਹਾਂ ਬਿਲਕੁਲ, ਸੋ ਯੈਸ ਬੇਬੀ, ਆਪਣੇ ਅੰਦਾਜ਼ੇ 4:10 ਸਹੀ ਹੋ ਦੇ ਰਹੇ ਹੈ। ਜਿਵੇਂ ਕਿ ਕਿਆ ਬਾਤ ਹੈ, ਗਾਣੇ ਦੇ 4:10 o'clock ਯਾਨੀ ਕਿ ਸਵੇਰ ਦੇ 4:10 ਦਾ ਜ਼ਿਕਰ ਕੀਤਾ ਗਿਆ ਸਨੀ ਮਾਰਟਨ ਬਾਈ ਦੀ ਵਰਸ, ਜੋ ਕਿ ਹੁੱਕ ਲਾਈਨ ਹੈਗੀ ਗਾਣੇ ਦੀ। ਕਹਿੰਦਾ ਇਟਸ 4:10 ਐਂਡ ਆਈ ਐਮ ਅੰਡਰ 4:10, ਕਿ 4:10 ਦਾ ਵਕਤ ਹੈ ਤੇ ਮੈਂ 4:10 ਹਾਈਵੇ ਦੇ ਉੱਤੇ ਹੈਗਾ। ਅੱਛਾ, ਫਿਰ ਸਨੀ ਮਾਰਟਨ ਬਾਈ ਕਹਿੰਦੇ ਨੇ ਕਿ ਲੈਣ ਦੀ ਪੰਜਾਬੀ ਐਕਸਪਲੇਨ ਕਿ ਮਤਲਬ ਮੈਂ ਸਾਰਾ ਐਦਕੀ ਮੈਂ ਕੁਛ ਨਹੀਂ ਛੱਡਣਾ ਹੈਗਾ, ਲਾਈਕ ਮੈਂ ਸਾਰਾ ਕੁਝ ਚਾਹੁੰਦਾ, ਨਾਟ ਜਸਟ ਅ ਪੋਰਸ਼ਨ, ਲਾਈਕ ਛੋਟੀ ਜੀ ਪੋਰਸ਼ਨ ਹੈ। ਇਹ ਕਿ ਸਨੀ ਮਾਰਟਨ ਕਹਿਣਾ ਚਾਹ ਰਹੇ ਨੇ, ਮੈਂ ਇੱਥੇ ਸਭ ਕੁਝ ਹਾਸਲ ਕਰਨ ਵਾਸਤੇ ਆਇਆ, ਜੋ ਕੁਝ ਵੀ ਆ ਮੈਂ ਖੋ ਲੈਣਾ, ਕੋਈ ਹਿੱਸਾ ਲੈਣ ਨਹੀਂ ਆਇਆ, ਕੋਈ ਥੋੜਾ ਬਹੁਤ ਲੈਣ ਨਹੀਂ ਆਇਆ, ਸਭ ਕੁਝ ਅਚੀਵ ਕਰ ਲੈਣਾ, ਮੀਨਸ ਕਿ ਫੁੱਲ ਡਾਕੂਆਂ ਵਾਲੀ ਸੋਚ। ਸਨੀ ਮਾਰਟਨ ਬਾਈ ਦੀ ਜਿੰਨੀ ਇੰਗਲਿਸ਼ ਵਰਸ ਹੈ ਉਹਦੇ ਬਾਰੇ ਆਪਾਂ ਕਿਸੇ ਹੋਰ ਦਿਨ ਡਿਸਕਸ਼ਨ ਕਰਾਂਗੇ। ਸਿੱਧੂ ਮੂਸੇਵਾਲੇ ਬਾਈ ਦੀ ਵਰਸ ਤੇ ਡਰੈਕ ਜੰਪ ਕਰਨੇ, ਚਲੋ ਬਾਈ। ਸੋ ਜਿਵੇਂ ਮੈਂ ਪਹਿਲੇ ਵੀ ਕਿਹਾ, ਗਾਣਾ 3:52 ਦਾ ਹੈ, ਓਰੀਜਨਲ ਸੌਂਗ 2:06 ਤੋਂ ਸ਼ੁਰੂ ਹੁੰਦਾ ਸਾਰੇ ਸਿੱਧੂ। ਨਹੀਂ ਇਹ ਵੀ ਗੱਲ ਯਾਰ, ਵਧੀਆ ਕੰਮ ਕੀਤਾ ਯਾਰ ਸਨੀ ਨੇ, ਸੋ ਫੈਨਸ ਵਾਸਤੇ। ਸਹੀ ਕਹਿ ਰਹੇ ਹੋ, ਤੇਰੀ ਮਾਰਟਨ ਦੀ ਵਰਸ ਵਾਸਤੇ ਕੋਈ ਹੇਟ ਨਹੀਂ, ਬਸ ਜਸ ਸਿੱਧੂ ਬਾਈ ਵਾਸਤੇ ਪਿਆਰ ਹੈ, ਜੋ ਕਿ ਸਾਨੂੰ ਡਰੈਕ ਜੰਪ ਕਰਾਉਂਦਾ ਹੈ ਉੱਥੇ, ਸੋ ਆਪਾਂ ਉਹਨੂੰ ਐਕਸਪਲੇਨ ਕਰ ਲਈਏ। ਤੋ ਚਲੇ ਸ਼ੁਰੂ ਕਰਦੇ ਹੈ, ਜਿੱਥੇ ਗਾਣੇ ਦੇ ਵਿੱਚ ਲਾਈਨ ਆਉਂਦੀ ਨਾ ਇਹ ਵਾਲੀ, ਓਏ ਸਾਰੀ ਕਿਆ ਹੀ ਬਾਤ ਹੈ, ਤੂੰ ਤਾਂ ਫੀਲਿੰਗਾਂ ਹੀ ਬਹੁਤ ਹਾਈ ਹੋ ਜਾਂਦੀਆਂ, ਜਿਵੇਂ ਕਿਸੇ ਨੇ ਅੰਦਰੋਂ ਬਣਦਾ ਓਹ ਓਹ ਆ ਗਿਆ ਆ ਗਿਆ ਆ ਗਿਆ, ਬਹੁਤ ਹੀ ਵੱਡਾ ਡੈਮੇਜ ਦੇ ਦਿੱਤਾ ਹੋਵੇ ਤੁਹਾਨੂੰ। ਮਤਲਬ ਅਵੈਂਜਰ ਐਂਡ ਗੇਮ ਦਾ ਇਹ ਸੀਨ ਇਸ ਵਰਸ ਤੇ ਐਗਜੈਕਟ ਮੈਨੂੰ ਫਿੱਟ ਹੁੰਦਾ ਨਜ਼ਰ ਆਉਂਦਾ ਹੈ। ਬ੍ਰੈਂਪਟਨ ਟਾਊਨ ਦੇ ਸੁਬਹ 4:10 ਤੇ ਗੱਡੀ ਹੌਲੀ ਹੌਲੀ ਜਾਂਦੀ, ਜਿਸ ਟਾਈਮ ਰਾਤ ਦਾ ਆਖਰੀ ਪਹਿਰ ਹੁੰਦਾ ਅਸੀਂ ਉਸ ਟਾਈਮ ਆਦੀ ਇਮਾਰਤ ਨਿਕਲਣੇ ਆ ਜੀ। ਫਿਰ ਸੈਕੰਡ ਲਾਈਨ ਆਉਂਦੀ, ਚੋਬਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ ਰਿੰਗ 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 ਉੱਤੋਂ ਫੋਨ ਵੱਜੀ ਜਾਵੇ, ਤੇ ਫੋਨ ਤੇ ਟੋਰਾਂਟੋ ਵਿੱਚੋਂ ਇੱਕ ਨੱਡੀ ਸੱਦੀ ਜਾਵੇ ਰਿੰਗ 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 ਉੱਤੋਂ ਫੋਨ ਵੱਜੀ ਜਾਵੇ ਫੋਨ ਤੇ ਟੋਰਾਂਟੋ ਇੱਕ ਨੱਡੀ ਸੱਦੀ ਜਾਵੇ
ਮਤਲਬ ਯਾਰ ਕੀ ਹੀ ਬਾਤ ਹੈ ਰਾਈਮਿੰਗ ਲਾਈਕ ਯਾਰ ਮਤਲਬ ਟੂਪਾ ਕਰਕੇ ਵੀ ਜੇ ਇਹ ਚੀਜ਼ ਸੁਣਨਗੇ ਨਾ ਤਾਂ ਵੀ ਕਹਿਣਗੇ ਕਿ ਯਾ ਹੀ ਵਾਜ਼ ਆਰ ਫੈਨ ਠੀਕ ਹੈ ਉਹ ਬੰਦਾ ਸਾਡੇ ਵਰਗਾ ਸੀਗਾ ਸੀਰੀਅਸਲੀ ਲਾਈਕ ਉਹ ਵੀ ਪ੍ਰਾਊਡ ਫੀਲ ਕਰਨਗੇ ਮੂਸੇ ਵਾਲੇ ਤੇ ਤਾਂ ਮੈਂ ਇਸ ਬੰਦੇ ਤੇ ਰਾਈਮਿੰਗ ਤੂੰ ਇਤੋਂ ਉੱਤੇ ਦੀ ਰਾਈਮਿੰਗ ਕੋਈ ਕਰ ਸਕਦਾ ਹੈ ਨਾ ਤਾਂ ਮੈਨੂੰ ਕਮੈਂਟ 'ਚ ਉਹਦਾ ਨਾਮ ਦੱਸਣਾ ਜੇ ਤੁਸੀਂ ਭੁੱਲ ਜਾਓ ਇਹ ਦਿਨ ਕਦੇ ਨਹੀਂ ਆਉਣਾ ਤੇ ਪਰਫੈਕਟਲੀ ਤਰੀਕੇ ਨਾਲ ਪੂਰੀ ਕਹਾਣੀ ਵੀ ਸੁਣਾਤੀ ਤੇ ਰਾਈਮ ਵੀ ਪੂਰੇ ਕਰਤੇ ਇਹਨੂੰ ਕਹਿੰਦੇ ਨੇ ਬੈਸਟ ਵਰਡ ਤੇ ਬੈਸਟ ਸਟੋਰੀ ਟੈਲਿੰਗ ਰਾਈਟਰ ਜਾਂ ਲਿਰਿਸਿਸਟ ਬਾਜੀ ਬਾਸ ਫਿਰ ਜਦੋਂ ਇਹੀ ਲਾਈਨ ਚੱਲ ਰਹੀ ਹੁੰਦੀ ਤਾਂ ਸਿੱਧੂ ਬਾਈ ਦੇ ਉੱਤੋਂ ਓਰੀਜਨਲ ਵਿਜ਼ੂਅਲ ਵੇਖਣ ਨੂੰ ਮਿਲਣ ਜੀ ਤਾਂ ਸਿੱਧੂ ਬਾਈ ਜੀ ਵੈਗਨ ਕੋਲ ਖਲੋਤੇ ਰਹੇ ਤੇ ਕਿਆ ਹੀ ਬਾਤ ਸੋਨੇ ਤੇ ਸਵਾਦਾਂ ਵਾਲੀ ਗੱਲ ਉਸਤਾਦ ਜੀ ਮਤਲਬ ਕਿਆ ਹੀ ਬਾਤ ਹੈ ਉਹ ਫੁੱਲ ਪੁਰਾਣੀ ਵਾਈਬ ਜੋ ਪਹਿਲੇ ਆਪਾਂ ਵੇਖਦੇ ਸੀ ਸਿੱਧੂ ਬਾਈ ਦੇ ਜਿਉਦੇ ਜੀ ਉਹ ਸਭ ਕੁਝ ਗਾਣੇ 'ਚ ਵੇਖਣ ਨੂੰ ਮਿਲਿਆ ਹੈ ਸਹੀ ਕਹਿ ਰਹੇ ਹੋ ਸਰ ਆਪ ਹੌਲੀ ਹੌਲੀ ਗੱਡੀ ਜਾਵੇ ਉੱਪਰ ਪਲਾਜ ਵਿੱਚ ਕਿਹੜੇ ਗੱਡੀ ਜਾਵੇ ਫਿਰ ਨੈਕਸਟ ਲਾਈਨ ਆਂਦੀ ਲਾਲ ਲਾਲ ਅੱਖਾਂ ਵਾਲਾ ਘੇਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰਾ ਤੇ ਨੇਰਾ ਹੋਈ ਜਾਂਦਾ ਲਾਲ ਅੱਖਾਂ ਵਾਲਾ ਘੇਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰਾ ਤੇ ਨੇਰਾ ਹੋਈ ਜਾਂਦਾ ਚੋਪਰ ਦੀ ਕਲੀ ਕਲੀ ਫੜਕ ਦੀ ਨਾੜ ਤੇ ਲੋਕਾਂ ਬਾਜੀ ਉਵੇਂ ਸਵੇਰਾ ਹੋਈ ਜਾਂਦਾ ਯਾਰ ਕਿਆ ਹੀ ਬਾਤ ਹੈ ਲਾਈਨ ਦੇ ਵਿੱਚ ਵੀ ਬਹੁਤ ਵੱਧ ਗੈਂਗਸਟਰ ਟੱਚ ਦਿੱਤਾ ਗਿਆ ਚੋਪਰ ਦੀ ਕਲੀ ਕਲੀ ਫੜਕ ਦੀ ਨਾੜ ਲੋਕਾਂ ਬਾਜੀ ਹੁਣ ਤਾਂ ਸਵੇਰਾ ਹੋਈ ਜਾਂਦਾ ਕੋਲ ਗੈਂਗਸਟਰ ਵਾਈਬ ਕਿ ਉੱਥੇ ਤਾਂ ਮੈਂ ਪੂਰਾ ਅੱਗ ਫਣਾ ਬਣਾ ਰੱਖਿਆ ਤੁਹਾਡੇ ਨਾਲ ਤੁਹਾਨੂੰ ਲੱਗਦਾ ਇਹਦੇ ਮੈਂ ਰਾਤ ਕਾਲੀ ਕਰ ਰਿਹਾ ਤੁਹਾਨੂੰ ਲੱਗ ਰਿਹਾ ਸਵੇਰਾ ਹੋ ਰਿਹਾ ਮਤਲਬ ਗਾਣਿਆਂ ਨੂੰ ਤੁਸੀਂ ਗੱਡੀ 'ਚ ਫੁੱਲ ਆਵਾਜ਼ ਤੇ ਲਾ ਕੇ ਸੁਣਾਓਗੇ ਨਾ ਤੇ ਸੁਬਹ ਟਾਈਮ ਕਿਤੇ ਜਾਂ ਰਾਤ ਟਾਈਮ ਕਿਤੇ ਜਾ ਰਹੇ ਹੋ ਤਾਂ ਤੁਹਾਨੂੰ ਫੀਲ ਆਏਗੀ ਇੱਕ ਪੂਰੀ ਗੈਂਗਸਟਰ ਵਾਲੀ ਤੁਹਾਡਾ ਦਿਲ ਕਰੇਗਾ ਬਾਬਾ ਜੀ ਕਿਸੇ ਨੂੰ ਗੱਡੀ ਥੱਲੇ ਦੇ ਦੇਈਏ ਇੰਨੀ ਹੱਥ ਵਾਈ ਬਾਂਦੀ ਗਾਣੇ ਦੇ ਵਿੱਚੋਂ ਮਤਲਬ ਇੱਕ ਪੋਜ਼ਿਟਿਵ ਜੀ એનર્ਜੀ ਤੁਹਾਡੇ ਅੰਦਰ ਆ ਜਾਂਦੀ ਗਾਣਾ ਸੁਣਦੇ ਹੋ ਨਾਲ ਹੀ ਕਿਲ 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 ਇਹ ਆ ਕਿਲਰਾਂ ਦਾ ਟਾਈਮ ਕੰਟਰੋਲ ਕੰਟਰੋਲ ਉਹਦੇ ਪਰ ਨੈਕਸਟ ਲਾਈਨ ਇਸ ਸਿੱਧੂ ਬਾਈ ਦੋ ਰੈਫਰੈਂਸਸ ਦਿੰਦੇ ਨੇ ਇੱਕ ਤਾਂ ਦੀ ਫੇਵਰਿਟ ਗੱਡੀ ਦਾ ਤੇ ਦੂਜਾ ਇੱਕ ਸਿੰਗਰ ਦਾ ਜੋ ਕਿ ਪਹਿਲਾਂ ਤੁਸੀਂ ਲਾਈਨ ਸੁਣਾਓ ਕਾਲੀ ਕਾਲੀ ਰੇਂਜ ਵਿੱਚ ਵੱਜੇ ਅਣਖੀਲਾ ਕਾਲੀ ਰੇਂਜ ਦਾ ਵੀ ਜ਼ਿਕਰ ਕਰਦੇ ਤੇ ਕਾਲੀ ਰੇਂਜ ਦੇ ਵਿੱਚ ਅਣਖੀਲੇ ਦੇ ਗਾਣੇ ਚੱਲਦੇ ਨੇ ਹੁਣ ਮੈਨੂੰ ਨਹੀਂ ਪਤਾ ਮੈਂ ਇਸ ਤੋਂ ਪਹਿਲੇ ਕਦੇ ਨਹੀਂ ਅਣਖੀਲੇ ਜੀ ਨੂੰ ਸੁਣਾ ਲੇਕਿਨ ਇਹ ਗਾਣੇ ਤੋਂ ਬਾਅਦ ਅਣਖੀਲੇ ਨੂੰ ਵੀ ਇੱਕ ਹਾਈਪ ਮਿਲ ਜਾਏਗੀ ਕਿ ਸਿੱਧੂ ਬਾਈ ਨੇ ਉਹਨੂੰ ਰੈਫਰੈਂਸ ਦੇ ਦਿੱਤਾ ਸੋ ਇਹਨਾਂ 'ਚ ਕੋਈ ਹੇਟ ਉਟ ਵਾਲੀ ਗੱਲ ਨਹੀਂ ਤੁਸੀਂ ਵੀ ਇਸ ਚੀਜ਼ ਤੇ ਐਗਰੀ ਕਰੋਗੇ ਸਾਰੇ ਸਹੀ ਕਹਿ ਰਹੇ ਹੋ ਫਿਰ ਨੈਕਸਟ ਵਰਸ ਆਦੀ ਕਿਲ 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 ਇਹ ਆ ਕਿਲਰਾਂ ਦਾ ਟਾਈਮ ਕਿਲ 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 ਇਹ ਆ ਕਿਲਰਾਂ ਦਾ ਟਾਈਮ ਯਾਨੀ ਕਿ ਜਿਹੜੇ ਕਿਲਰ ਹੁੰਦੇ ਨੇ ਮਾਰ ਤੇ ਨਿਕਲੇ ਹੁੰਦੇ ਨੇ ਉਹ ਇਸ ਟਾਈਮ ਤੇ ਬੰਦੇ ਮਾਰਦੇ ਨੇ ਅਭੀ ਔਰ ਸੁਣੀਏ ਅਗਲੀ ਲਾਈਨ ਦੇ ਚ ਬਹੁਤ ਡੀਪ ਮੀਨਿੰਗ ਹੈ ਰੀਅਲ ਹਸਲਰ ਨਹੀਂ ਇਹ ਫੀਲਰਾਂ ਦਾ ਟਾਈਮ ਰੀਅਲ ਹਸਲ ਬੇਬੀ ਇਹ ਨਹੀਂ ਫੀਲਰਾਂ ਦਾ ਟਾਈਮ ਯਾਨੀ ਕਿ ਜਿਹੜੇ ਰੀਅਲ ਹਸਲਰ ਹੁੰਦੇ ਨੇ ਉਹ ਇਸ ਟਾਈਮ ਤੇ ਰਾਤ ਦੇ ਇਸ ਪੈਰਾਂ ਚ ਜਾ ਕੇ ਆਦੇ ਐਂਬੀਸ਼ਨ ਵਾਸਤੇ ਹਾਰਡ ਵਰਕ ਕਰ ਰਹੇ ਹੁੰਦੇ ਨੇ ਇਹ ਹਸਲਰਾਂ ਦਾ ਟਾਈਮ ਹੈ ਫੀਲਰਾਂ ਦਾ ਟਾਈਮ ਨਹੀਂ ਹੈਗਾ ਯਾਨੀ ਕਿ ਜੋ ਸਿਰਫ ਫੀਲਿੰਗਾਂ ਹੀ ਲੈਂਦੇ ਨੇ ਉਹ ਇਸ ਟਾਈਮ ਸੁੱਤੇ ਹੁੰਦੇ ਨੇ ਜਿਹੜੇ ਹਸਲਰ ਹੁੰਦੇ ਨੇ ਉਹ ਇਸ ਟਾਈਮ ਤੇ ਮਿਹਨਤ ਕਰਦੇ ਰਹੇ ਇਹ ਬੜੀ ਅੱਛੀ ਬਾਤ ਕਹੀ ਹੈ ਸਿੱਧੂ ਮੂਸੇਵਾਲੇ ਬਾਈ ਦੇ ਬਾਰਸ ਇੰਨੇ ਕੈਂਟ ਨੇ ਇੰਨੇ ਕੈਂਟ ਕਿ ਉਹਨਾਂ ਦੀ ਆਮ ਬੰਦੇ ਤੇ ਤਾਰੀਫ ਕਰ ਹੀ ਰਹੇ ਨੇ ਤੇ ਪੰਜਾਬੀ ਇੰਡਸਟਰੀ ਦੇ ਮੰਨੇ ਤਨੇ ਸਿੰਗਰਸ ਵੀ ਉਹਨਾਂ ਦੀ ਇਸ ਸਿਫਤ ਨੂੰ ਐਡਮਾਇਰ ਕਰਦੇ ਨੇ ਤੇ ਨਵਾਨ ਸੰਧੂ ਨੇ ਵੀ ਇਹ ਗੱਲ ਕੀਤੀ ਆਦੇ ਇੰਸਟਾਗ੍ਰਾਮ ਸਟੋਰੀ ਤੇ ਸਿੱਧੂ ਬਾਈ ਦੇ ਸੌਂਗ ਨੂੰ ਸ਼ੇਅਰ ਕਰਦੇ ਹੋਏ ਕਿ ਬਾਇਰ ਬਾਰਸ ਸੋ ਲਿਟਰਲੀ ਇਹ ਗੱਲ 100% ਟਰੂ ਤੇ ਫੈਕਟ ਹੈ ਕਿ ਸਿੱਧੂ ਬਾਈ ਦੇ ਬਾਰਸ ਵਾਕਈ ਬਹੁਤ ਕੈਂਟ ਨੇ ਫਿਰ ਨੈਕਸਟ ਵਰਸ ਸਿੱਧੂ ਬਾਈ ਕੁੜੀ ਨੂੰ ਟਾਰਗੇਟ ਕਰਕੇ ਗੱਲ ਕਰਦੇ ਨੇ ਕਿ ਡੋਗ ਬਣ ਬਣ ਸੜਕਾਂ ਤੇ ਫੇਰ ਦਿਸ ਫੋਰ ਟੈਨ ਬੇਬੀ ਇਹ ਡੀਲਰਾਂ ਦਾ ਟਾਈਮ ਡੋਗ ਬਣ ਬਣ ਇਹ ਡੀਲਰਾਂ ਦਾ ਟਾਈਮ ਕਿ ਨਾ ਸੜਕਾਂ ਤੇ ਘੁੰਮ ਇਟਸ ਫੋਰ ਟੈਨ ਬੇਬੀ ਇਹ ਡੀਲਰਾਂ ਦਾ ਟਾਈਮ ਇਹ ਡੀਲਰਾਂ ਦਾ ਟਾਈਮ ਹੈ ਤੂੰ ਸੜਕਾਂ ਤੇ ਇਸ ਟਾਈਮ ਡੋਗ ਬਣ ਕੇ ਨਾ ਫਿਰ ਨਹੀਂ ਤਾਂ ਤੈਨੂੰ ਵੀ ਕਿਸੇ ਨੇ ਚੱਕ ਲੈਣਾ ਤੂੰ ਸਮਝਿਆ ਤੈਨੂੰ ਵੀ ਡੀਲ ਕਰ ਦਾਂਗੇ ਡੀਲ ਕਰਾ ਦਾਂਗੇ ਤੇਰੀ ਵੀ ਨਹੀਂ ਤੂੰ ਸਮਝਿਆ ਨਹੀਂ ਫਿਰ ਆਪਾਂ ਅੱਗੇ ਵਧਦੇ ਹਾਂ ਸਿੱਧੂ ਬਾਈ ਦੇ 410 ਸੌਂਗ ਦੇ ਵਿਜ਼ੂਅਲ ਦੀ ਗੱਲ ਕਰ ਲਈਏ ਜਿਵੇਂ ਕਿ ਇਹ ਸੌਂਗ ਦੇ ਵਿੱਚ ਕਾਫੀ ਵਿਜ਼ੂਅਲਸ ਯੂਜ਼ ਕੀਤੇ ਗਏ ਨੇ ਬਟ ਇਹਦੇ ਵਿੱਚ ਰੀਅਲ ਫੁਟੇਜਸ ਵੀ ਹੈਗੀਆਂ ਨੇ ਕਿਤੇ ਕਿਤੇ VFX ਵੀ ਲਾਏ ਗਏ ਨੇ ਬਟ ਜਿਵੇਂ ਗਾਣਾ ਸਟਾਰਟ ਹੁੰਦਾ ਪਹਿਲੇ ਕਲੌਕ ਟਾਵਰ ਤੇ ਕਲੌਕ ਵਿਖਾਈ ਜਾਂਦੀ ਜਿੱਥੇ ਐਗਜ਼ੈਕਟਲੀ 410 ਹੋਏ ਹੁੰਦੇ ਨੇ ਫਿਰ ਡਰੋਨ ਸ਼ਾਟਸ ਸਨੀ ਮਾਰਟਨ ਦੀ ਐਂਟਰੀ ਫਿਰ ਜਦੋਂ ਗੂਸ ਬੰਪਸ ਦਾ ਟਾਈਮ ਆਉਂਦਾ ਤੇ ਸਿੱਧੂ ਬਾਈ ਦੀ ਐਂਟਰੀ ਕਰਾ ਦਿੰਦੇ ਨੇ ਤੇ ਉਹ ਵੀ ਰੀਅਲ ਐਂਟਰੀ ਰੀਅਲ ਟਾਈਮ ਫੁਟੇਜਸ ਯੂਜ਼ ਕੀਤੀਆਂ ਨੇ ਯਾਨੀ 410 ਬੇਬੀ ਇਹ ਡੀਲਰਾਂ ਦਾ ਨੈਕਸਟ ਵਰਸਸ ਸਿੱਧੂ ਬਾਈ ਦੀ ਗੱਡੀ ਦੀ ਲਾਇਸੈਂਸ ਨੰਬਰ ਪਲੇਟ ਉਹਦੀ ਗੱਲ ਕਰਦੇ ਨੇ ਕਿ ਅਸੀਂ ਆਦੀ ਲਾਇਸੈਂਸ ਨੰਬਰ ਪਲੇਟ ਦੀ ਇਹਨੇ ਖੁੱਤੀ ਪਾਈ ਗੱਡੀ ਨੂੰ ਦੋਰੋਂ ਵੇਖ ਕੇ ਉਹਦੇ ਨੰਬਰ ਪਲੇਟ ਤੋਂ ਸਾਡੇ ਆਕਸ ਮਤਲਬ ਪੁਲਸ ਵੀ ਉਸ ਚੀਜ਼ ਦਾ ਆਬਸੈਸ ਡਾਲ ਲਵ ਸੈਡ ਹੋ ਜਾਂਦੇ ਹੋ ਵੀ ਕਿ ਨਹੀਂ ਯਾਰ ਇਹਨੂੰ ਨਹੀਂ ਕੁਝ ਕਹਿਣਾ ਇਹ ਤਾਂ ਬਹੁਤ ਖਤਰਨਾਕ ਬੰਦੇ ਦੀ ਗੱਡੀ ਹੈ ਘਬਰਾ ਜਾਂਦੇ ਨੇ ਤੇ ਡਰ ਜਾਂਦੇ ਨੇ ਲੁਕ ਜਾਂਦੇ ਨੇ ਲਾਇਸੈਂਸ ਪਲੇਟ ਤੇ ਇੱਕ ਲੁਕਦੇ ਆ ਫਿਰ ਆਪਾਂ ਵੀਡੀਓ ਦੇ ਵਿੱਚ ਆਪਾਂ ਗਲਵਜ਼ ਵਾਲੇ VFX ਦੀ ਗੱਲ ਕਰ ਲਈਏ ਗਲਵਜ਼ ਇੰਡੀਕੇਟ ਕਰ ਰਹੇ ਨੇ ਸਿੱਧੂ ਬਾਈ ਦੀ ਪਰਸਨੈਲਿਟੀ ਨੂੰ ਜੋ ਕਿ ਵੀਡੀਓ ਦੇ ਵਿੱਚ ਪ੍ਰੈਜ਼ੈਂਟ ਹੈਗੀ ਪਹਿਲੇ ਗਲਵਜ਼ ਪਿਆਨੋ ਵਜਾਉਂਦੇ ਨੇ ਫਿਰ ਗਲਵਜ਼ ਸਿੱਧੂ ਲਾਈਕ ਉਹ ਇੱਕ ਚੀਜ਼ ਹੈ ਕਿ ਜਿਵੇਂ ਕਿ ਰੂਹ ਹੁੰਦੀ ਹੈ ਨਾ ਕਿਸੇ ਦੀ ਇਨਵਿਜ਼ੀਬਲ ਹੋ ਜਾਂਦਾ ਕੋਈ ਬੰਦਾ ਕਿ ਰੂਹ ਉੱਥੇ ਹੈਗੀ ਹੈ ਉਹ ਕੀਜ਼ ਬਣਾ ਰਹੀ ਹੈ ਠੀਕ ਹੈ ਸਾਰਾ ਕੁਝ ਓਏ ਹੋਏ 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 ਬਹੁਤ ਤਗੜਾ ਰੈਫਰ ਕੀਤਾ ਹੈ ਬਹੁਤ ਤਗੜੇ ਤਰੀਕੇ ਨਾਲ ਇੱਕ ਇਮੇਜਿਨੇਸ਼ਨ ਦਿਖਾਈ ਹੈ ਸਾਨੂੰ ਇਹ ਵੀਡੀਓ 'ਚ ਸਿੱਧੂ ਬਾਈ ਵਾਲਾ ਗੈਂਗ ਸਾਈਨ ਸ਼ੋਅ ਕਰਦੇ ਨੇ ਯਾਰ ਵੀਡੀਓ ਬਹੁਤ ਹੀ ਪਿਆਰੀ ਬਣਾਈ ਗਈ ਸਿੱਧੂ ਬਾਈ ਦੇ ਰੀਅਲ ਫੁਟੇਜ ਪਾ ਕੇ ਤੇ VFX ਪਾ ਕੇ ਵੀਡੀਓ ਬਹੁਤ ਹੀ ਹਾਈ ਐਂਡ ਜੀ
ਲੱਗਦਾ ਸ਼ਾਇਦ ਮੈਂ ਕਿਤੇ ਸੁਣੀ ਹੈ ਜੀ ਇਸ ਲੱਭੇ ਤੇ ਇਹਨੂੰ ਕਿਸੇ ਤਰੀਕੇ ਨਾਲ ਅਸੀਂ ਅੰਦਰ ਕਰੀਏ ਇਸ ਟੀਮ ਮੈਨੂੰ ਪੁਲਿਸ ਟਰੈਕ ਕਰਦੀ ਹੈ ਐਵੇਂ ਦੀ ਗੱਲਬਾਤ ਲਾਈ ਜਾਂਦੀ ਨੈਕਸਟ ਲਾਈਨਸ ਦੇ ਵਿੱਚ ਸਾਰੇ ਮੇਰੀ ਗੱਡੀ ਚੁੱਕ ਰਹਿਗਾ ਸਟੀਲ ਮੱਕਲ ਹੋ ਕੇ ਨੱਤੋ ਕਰਦੇ ਟਰੈਕ ਨੈਕਸਟ ਲਾਈਨਸ ਦੇ ਸਿੱਧੂ ਭਾਈ ਅਦੇ ਪੈਸਿਆਂ ਦੇ ਬਾਰੇ ਗੱਲਬਾਤ ਲਾਉਂਦੇ ਨੇ ਕਿ ਮੇਰੇ ਤੇ ਇਹਨਾਂ ਦੇ ਵਿਜ਼ਨ ਨੇ ਸਿਰਫ ਇੰਨਾ ਕੋਈ ਗੈਪ ਹੈ ਇਹ ਕਿਹੜੇ ਗਾਣੇ ਦੀ ਆੜੀ ਆ ਗਈ ਨੈਕਸਟ ਲਾਈਨਸ ਦੇ ਸਿੱਧੂ ਭਾਈ ਅਦੇ ਪੈਸਿਆਂ ਦੇ ਬਾਰੇ ਆ ਫੁਟੇਜ ਗੱਲਬਾਤ ਲਾਉਂਦੇ ਨੇ ਕਿ ਮੇਰੇ ਤੇ ਇਹਨਾਂ ਦੇ ਵਿਜ਼ਨ ਨੇ ਸਿਰਫ ਇੰਨਾ ਕੋਈ ਗੈਪ ਹੈਗਾ ਕਿ ਜੋ ਮੈਂ ਈਜ਼ੀਲੀ ਮਨੀ ਕਮਾਉਣਾ ਇਹ ਪੁਲਿਸ ਤੇ ਕੋਪਸ ਵਾਸਤੇ ਤਾਂ ਬਲੈਕ ਮਨੀ ਹੈ ਬਟ ਮੈਂ ਇਹਨੂੰ ਈਜ਼ੀ ਮਨੀ ਕਹਿੰਦਾ ਇਹਨਾਂ ਦੇ ਤੇ ਮੇਰੇ ਪਾਸ ਵਿਜ਼ਨ ਚ ਗੈਪ ਮੈਂ ਈਜ਼ੀ ਮਨੀ ਕਹਿੰਦਾ ਤੇ ਇਹ ਕਹਿੰਦੇ ਆ ਬਲੈਕ ਯਾਰ ਮਤਲਬ ਵੇਖੋ ਕਿੱਡੀ ਗੈਂਦ ਤਰੀਕੇ ਨਾਲ ਰਾਈਮਿੰਗ ਕੀਤੀ ਗਈ ਕਿੱਡੀ ਕਮਾਲ ਤਰੀਕੇ ਨਾਲ ਗੱਲਬਾਤ ਬਣਾਈ ਗਈ ਪੂਰੇ ਤੇ ਪੂਰੇ ਤੁਹਾਨੂੰ ਲਿਰਿਕਸ ਦੇ ਵਿੱਚ ਇੱਕ ਗੈਂਗਸਟਰ ਟੱਚ ਮਿਲ ਜਾਂਦਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਫੀਲ ਆ ਜਾਂਦੀ ਕਿ ਸਿੱਧੂ ਬਾਈ ਨਹੀਂ ਕਹਿਣਾ ਚਾਹ ਰਹੇ ਨੇ ਤੁਸੀਂ ਯਾਰ ਇਹ 1 ਮਿੰਟ ਦੀ ਵਰਸ ਸਿੱਧੂ ਫੈਨਸ ਵਾਸਤੇ ਸਾਲ ਵਾਸਤੇ ਮੋਰ ਦੈਨ ਇਨਫ ਹੈਗੀ ਯਾਨੀ ਕਿ ਇਹ 1 ਮਿੰਟ ਦੀ ਵਰਸ ਵੀ ਤੁਸੀਂ ਯੂਟਿਊਬ ਤੇ ਲਾ ਕੇ ਪੂਰਾ ਸਾਲ ਸੁਣ ਸਕਦੇ ਨੇ ਤੇਰੇ ਹੁਣ ਤੋਂ ਪਾਈ ਜੀ ਗਾਣਾ ਫੁੱਲ ਟੌਪ ਫੁੱਲ ਬਟਾ ਫੁੱਲ ਰੈਂਕਿੰਗ ਸਟਾਰਸ ਨੇ ਬਹੁਤ ਵਧੀਆ ਯਾਰ ਸਹੀ ਗੱਲ ਵੀਡੀਓ ਵੀ ਨਾਈਸ ਬਣਾਈ ਹੈ ਵਧੀਆ ਰੈਫਰੈਂਸਿਸ ਦਿੱਤੇ ਨੇ ਬਹੁਤ ਹਰ ਇੱਕ ਗੱਲ ਨੂੰ ਕਲੀ ਕਲੀ ਜੀ ਨੂੰ ਐਕਸਪਲੇਨ ਕੀਤਾ ਕਾਇੰਡ ਆਫ ਅ ਬ੍ਰੇਕਡਾਊਨ ਵੀਡੀਓ ਵਧੀਆ ਯਾਰ ਵਧੀਆ ਕੰਮ ਕੀਤਾ ਨਾਈਸ ਸਤਿ ਸ਼੍ਰੀ ਅਕਾਲ